ਲੈ ਵੀ ਡੌਗ ਸ਼ੋਅ ਤੇ ਆਪਾਂ ਮੋਗੇ ਬੁੱਗੀਪੁਰੇ ਤੁਹਾਨੂੰ ਇੱਕ ਪੋਸਟ ਪਾ ਕੇ ਦਿਖਾਇਆ ਸੀ ਕਿ ਭਾਈ ਡੌਗ ਸ਼ੋਅ ਆ ਤੇ ਬਾਲੇ ਬੰਦੇ ਪਛਤਾਉਣਗੇ ਕਿ ਇੱਥੇ ਆਏ ਕਿਉਂ ਨਾ ਕਿਉਂਕਿ ਡੌਗ ਸ਼ੋਅ ਕਮਾਲ ਆ ਯਾਰ ਮੈਂ ਤਾਂ ਆਪ ਪਹਿਲੀ ਵਾਰ ਆਇਆ ਡੌਗ ਸ਼ੋਅ ਤੇ ਮੈਂ ਨਹੀਂ ਅੱਗੇ ਕਿਤੇ ਆਇਆ ਡੌਗ ਸ਼ੋਅ ਤੇ ਮੈਂ ਤਾਂ ਵੇਖਿਆ ਯਾਰ ਇੱਥੇ ਰੌਣਕੀ ਬਾਲੀ ਇੱਥੇ ਘੋੜਿਆਂ ਦੇ ਮੇਲੇ ਨਾਲ ਬਾਲਾ ਇਕੱਠ ਆ ਆ ਜੋ ਤੁਹਾਨੂੰ ਤਾਂ ਦਿਖਾਉਣਾ ਆ ਤਾਂ ਹਜੇ ਮੁੱਢ 'ਚ ਆ ਇਹ ਪ੍ਰਾਈਮ ਫਾਰਮ ਮੋਗੇ ਨਾ ਬੁੱਗੀਪੁਰੇ ਚੌਂਕ ਦੇ ਵਿੱਚ ਇੱਕ ਪੈਲਸ ਆ ਉੱਥੇ ਪ੍ਰਬੰਧਕਾਂ ਨੇ ਡੌਗ ਸ਼ੋਅ ਕਰਾਇਆ ਅਮਰੀਕਾ ਦੀ ਮਤਲਬ ਆਪਾਂ ਕਹਿ ਸਕਦੇ ਵੀ ਅਮਰੀਕਨ ਬੁਲੀ ਨਸਲ ਦੇ ਕੁੱਤਿਆਂ ਦਾ ਹੈਗਾ ਤੇ ਪਰ ਇੱਥੇ ਦਿਖਾਉਣ ਨੂੰ ਸਾਰੇ ਜਾਨਵਰ ਆਏ ਹੋਏ ਆ ਦੇਖੋ ਲੈ ਆ ਵੇਖ ਆ ਬਾਈ ਵੀਗਲ ਆ ਵੀਗਲ ਹਾਂਜੀ ਆ ਵੀਗਲ ਆ ਆ ਦੇਖੋ ਟੋਏ ਪੌਮ ਵੀ ਸੀ ਟੋਏ ਪੌਮ ਆ ਆ ਆ ਟੋਏ ਪੌਮ ਹਾਂਜੀ ਆ ਦੇਖੋ ਪ੍ਰੀਤ ਚੂਹਾ ਜਾ ਓਏ ਹਾਂ ਸੇ ਇਹ ਵੇਚਣ ਵਾਸਤੇ ਲਿਆਂਦੇ ਬਾਈ ਠੀਕ ਹੈ ਇਹ ਵੇਚਣ ਵਾਸਤੇ ਲਿਆਂਦੇ ਆ ਆ ਸੁਣਿਆ ਇੱਧਰ ਨੂੰ ਆ ਤੈਨੂੰ ਮੈਂ ਦਿਖਾਵਾਂ ਉਹ ਦੇਖ ਗੱਡੀ ਦੀ ਡਿੱਗੀ ਭਰੀ ਫਿਰਦੇ ਆ ਉਹ ਦੇਖ ਨਿਕੇ ਨਿਕੇ ਕਿੰਨੇ ਫਿਰਦੇ ਆ ਬਾਈ ਉਹਨਾਂ ਕੋਲੇ ਵੀਗਲ ਆ ਦੇਖ ਕੋਈ ਆ ਦੇਖੋ ਪ੍ਰੀਤ ਇਹ ਬਾਈ ਕੀ ਹਲੇ ਪ੍ਰੀ ਇਹ ਉਹ ਸੋਹਣਾ ਬਾਲਾ ਹੈ ਨਾ ਇਹ ਵੀ ਬਾਈ ਵੇਚਣ ਵਾਸਤੇ ਲੈਂਦਾ ਇਹ ਕਿੰਨੇ ਕੁ ਰੁਪਏ ਮੰਗਦੇ ਇਹਦੇ ਬਾਈ ਆਪਾਂ 12000 ਦਾ ਦੇਵਾਂਗੇ ਅੱਛਾ 12000 ਰੁਪਇਆ ਮੰਗਦੇ ਮੇਲ ਆ ਇਹ ਮੇਲ ਆ ਵੈਸੇ ਉਹ ਚੰਗਾ ਹੈ ਸੋਹਣਾ ਹੈ ਪੈਰ ਪੂਰੇ ਦੇ ਬੜੇ ਸੋਹਣੇ ਆ ਆ ਉਹ ਮੁੰਡਿਆ ਤੁਹਾਨੂੰ ਹੋਰ ਦਿਖਾਉਣਾ ਬੜਾ ਚੰਗਾ ਕੰਮ ਆ ਇੱਥੇ ਆ ਦੇਖ ਇੱਕ ਆ ਆ ਮੱਜੂ ਕਾਲੇ ਘੋੜਿਆਂ ਵਰਗਾ ਹਾਂ ਬਾਈ ਕੀ ਹਾਲ ਹੈ ਹਾਂ ਠੀਕ ਆ ਇਹ ਇਹ ਬਾਈ ਫਿਰ ਵੇਚਣ ਵਾਸਤੇ ਲੈਂਦਾ ਹਾਂ ਬਾਈ ਵੇਚਣ ਵਾਸਤੇ ਇਹ ਦੇ ਕਿੰਨੇ ਕੁ ਰੁਪਏ ਮੰਗਦੇ ਆ ਇਹਦਾ 25000 ਬਾਈ ਇਹਦਾ 25000 ਰੁਪਏ ਮੰਗਦੇ ਆ ਇਹ ਉਹ ਇਹ ਉਹ ਸੋਏ ਨਿੱਕਾ ਜੀ ਇਹ ਇਹ 3 ਮਹੀਨੇ ਦਾ 3 ਮਹੀਨੇ ਦਾ ਹੁਣ ਰੋਆ ਬੜਾ ਹੈ ਨਾ ਤੇ ਆ ਦੇਖ ਇੱਧਰ ਆ ਲਿਆਇਆ ਬਾਈ ਲੈਬਰੇ ਅੱਛਾ ਬਾਈ ਤੂੰ ਵੀ ਵੇਚਣ ਵਾਸਤੇ ਲਿਆ ਠੀਕ ਆ ਤੂੰ ਵੀ ਇਹ ਕੰਮ ਕਰਦਾ ਆ ਦੇਖੋ ਮੁੰਡਾ ਲੈ ਨਿੱਕੀ ਜੀ ਉਮਰ ਦੇ ਵਿੱਚ ਕਾਰੋਬਾਰੀ ਹੋ ਗਿਆ ਪ੍ਰੀਤ ਆਹ ਐਡੇ ਕੋ ਹੁੰਦਿਆਂ ਨੂੰ ਆਪਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਪੈਸੇ ਵੀ ਵੱਟੀ ਦੇ ਹੁੰਦੇ ਆ ਅੱਛਾ ਵੇਚਣ ਵਾਸਤੇ ਲਿਆ ਹੈ ਫਿਰ ਕੁੱਤ ਕਿੰਨੇ ਪੈਸੇ ਲਵੇਂਗਾ ਪੁੱਤ 10000 10000 ਰੁਪਇਆ ਮੰਗਦਾ ਭਾਈ ਮੁੰਡਾ ਆ ਜਾਓ ਚੰਗਾ ਪੁੱਤ ਚੰਗਾ ਜਾਨਵਰ ਤੇਰਾ ਆ ਜਾਓ ਭਾਈ ਆ ਜਾਓ ਆ ਜਾਓ ਆ ਜਾਓ ਆਹ ਦੇਖ ਲੈ ਆਹ ਦੇਖ ਨਿਕੇ ਨਿਕੇ ਚੂਹੇ ਜੇ ਓਏ ਇਹਨਾਂ ਦੇ ਕਿੰਨੇ ਕਿੰਨੇ ਰੁਪਏ ਮੰਗਦੇ ਆ ਬਾਈ ਜੋ ਮਰਜ਼ੀ ਹੈ ਵੀਰੇ ਨਹੀਂ ਬਾਈ ਮੈਂ ਦੇਣੇ ਦੋਨੇ ਮੈਂ ਤਾਂ ਸਵਾਦ ਲੈਣ ਵਾਲਾ ਹਾਂ ਹਾਂ ਕਿੰਨੇ ਕਿੰਨੇ ਮੰਗਦੇ ਆ ਆਹ ਹੈਗਾ ਪਮੇਲੀਅਨ ਮੇਲ ਵੀਰੇ ਹਾਂ 6500 ਰੁਪਇਆ 6500 ਰੁਪਇਆ ਪਮੇਲੀਅਨ ਹਾਂ ਵੀਰੇ ਪਮੇਲੀਅਨ ਉਹ ਜਿਹੜੇ ਚਿੱਟੇ ਜੇ ਹੁੰਦੇ ਇਹ ਇਹ ਨਸਲ ਜੀ ਖਤਮ ਹੋ ਗਈ ਹੋਣਾ ਨਾ ਪਿੰਡਾਂ 'ਚ ਘੱਟ ਆ ਇਹ ਹਾਂ ਹਾਂ ਤੇ ਆ ਆ ਆਹ ਆਹ ਇਹ ਕਲਚਰ ਪਾਉਮਾ ਆ ਕਲਚਰ ਪਾਉਮਾ ਕਾਲਾ ਹਾਂ ਇਹ ਕਾਲਾ ਜੈਡ ਬਲੈਕ ਆ ਵੀਰੇ ਠੀਕ ਆ ਤੇ ਇਹ ਵੀ ਮੇਲ ਆ ਇਹ ਵੀ ਮੇਲ ਆ ਤੇ ਇਹਦੇ ਕਿੰਨੇ ਰੁਪਏ ਮੰਗਦੇ ਆ ਇਹਦਾ 8000 ਰੁਪਏ ਵੀਰੇ ਇਹਦਾ 8000 ਰੁਪਏ ਮੰਗਦਾ ਲੈ ਭਾਈ ਤੇ ਉਹ ਇੱਕ ਲੈਬਰੇ ਪਿਆ ਨਹੀਂ ਲੈਬਰੇ ਨਹੀਂ ਇਹ 골ਡਨ ਫੀਮੇਲ ਆ ਕਲਚਰ ਪਾਉਮ ਕਲਚਰ ਪਾਉਮ ਆ ਇਹ ਭਾਈ ਤੇ ਇਹਦੇ ਕਿੰਨੇ ਰੁਪਏ ਮੰਗਦੇ ਆ 6500 ਰੁਪਏ ਇਹਦਾ ਭਾਈ 6500 ਰੁਪਏ ਮੰਗਦੇ ਆ ਆਜੋ ਤੁਹਾਨੂੰ ਗਾਂ ਦਿਖਾ ਕੇ ਲਿਆਉਣਾ ਹੋਰ ਮੇਲਾ ਆਜੋ 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 ਆਹ ਦੇਖੋ ਆਹ ਦੇਖੋ ਵੀਡੀਓ ਬੂੜਗੋ ਬਣੀ ਜਾਂਦੀ ਆ YouTube ਵਾਲੇ ਪੂਰਾ ਡਾਲਰ ਆਪਦਾ ਹਰਾ ਕਰੀ ਫਿਰਦੇ ਆ ਇੱਥੇ ਸਾਰੇ ਆਹ ਦੇਖ ਇੱਥੇ ਵੀ ਆ ਆਹ ਦੇਖੋ ਇੱਕ ਆਹ ਕਿੰਨਾ ਸੋਹਣਾ ਨਿੱਕਾ ਆ ਜਾ ਉਹ ਚੂਹਾ ਜਾ ਆਹ ਦੇਖੋ ਇਹ ਤਾਂ ਮੇਰੇ ਨਾਲ ਜਾਣ ਨੂੰ ਫਿਰਦਾ ਓਏ ਇਹ ਇਹ ਉਹ ਕੀ ਟੋਏ ਪੌਮ ਹਨਾ ਬਾਈ ਇਹ ਕਿੰਨੇ ਰੁਪਈਆਂ ਦਾ ਇਹ ਇਹਗਾ 15000 ਦਾ ਜੀ ਇਹ ਇਹ ਬਾਈ ਉਹਨੇ ਕੇ ਜੇ ਰਹਿੰਦੇ ਹਨ ਹਾਂਜੀ ਇਹ ਫਾਦਰ ਇਹਨਾਂ ਦਾ ਅੱਛਾ ਆ ਇਹਦਾ ਬਾਪੂ ਆ ਇਹਦਾ ਹਾਂਜੀ ਠੀਕ ਆਹਾ ਇਹ ਤੇਰੇ ਕੋਲੇ ਆ ਸਟੱਡ ਆਪਣੇ ਕੋਲ ਸਟੱਡ ਆ ਜੀ ਠੀਕ ਉਹ ਸੋਹਣੇ ਇਹ ਸਟੱਡ ਆਪਣੇ ਕੋਲ ਹੋਰ ਵੀ ਤੇ ਇਹ ਛੋਛਾ ਚ ਵੀ ਪਾਇਆ ਕਿਤੇ ਇਹ ਸ਼ੋ ਇੱਥੇ ਤਾਂ ਇੱਥੇ ਤਾਂ ਅਮਰੀਕਨ ਬੁਲੀ ਦਾ ਹੀ ਆ ਤੇ ਉਦਾਂ ਇਹ ਜਦੋਂ ਇੰਨਾ ਵਾਲਾ ਹੁੰਦਾ ਉਦੋਂ ਪੈਂਦਾ ਤੇ ਹੁਣ ਆ ਪਾਲਾ ਜਾ ਮੰਨਦਾ ਇਹ ਕੰਮ ਤਾਂ ਕਿ ਡਰਦਾ ਮੌਸਮ ਉਹ ਤਾਂ ਫਿਰ ਠੰਡ ਕਰਕੇ ਇੱਕ ਠੰਡ ਮੰਨਦਾ ਓਏ ਬਰੀ ਤੇ ਇਹ ਲੈ ਭਾਈ ਨੂੰ ਲੁਕੋ ਆ ਜੋ ਚੱਲੀ ਗਿਆ ਤੁਹਾਨੂੰ ਅੰਦਰ ਦਿਖਾਉਣਾ ਸ਼ੋਅ ਦਿਖਾਉਣਾ ਅੰਦਰ ਅੰਦਰ ਕੰਮ ਬਾਹਲਾ ਕੈੜਾ ਤੁਹਾਨੂੰ ਕਮੇਟੀ ਵਾਲਿਆਂ ਨੂੰ ਵੀ ਮਿਲਾਉਣਾ ਉਹ ਦੇਖ ਨਿਕੇ ਨਿਕੇ ਕਤੂਰੇ ਕਿੰਨੇ ਫਿਰਦੇ ਆ ਅੱਜ ਤੁਹਾਨੂੰ ਅੰਦਰ ਲੈ ਕੇ ਚੱਲਦਾ ਹਜੇ ਤਾਂ ਇਹ ਤਾਂ ਬਾਹਰਲੇ ਪਾਸੇ ਪਾਰਕਿੰਗ ਦੇ ਵਿੱਚ ਹੀ ਇੰਨਾ ਕੁਸ ਆ ਆਹ ਸਿੱਕ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਚੂਚੂ ਹੈ ਬਾਈ ਇਹਨਾਂ ਨੂੰ ਕੀ ਕਹਿੰਦੇ ਆ ਇਹਨੂੰ ਚੋਚੋ ਚੋਚੋ ਆ ਪੁੱਤ ਆ ਕੀ ਦਾ ਆਹ ਡਰਦਾ ਨੀ ਤੂੰ ਦੰਦੀ ਵੱਢਦੇ ਹੁੰਦੇ ਇਹ ਵੱਢਦਾ ਨੀ ਦੰਦੀ
ਇੱਕ 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 ਹੈ ਪੁੱਤ ਉਹ ਉਹ ਪ੍ਰੀਤ ਆ ਪ੍ਰੀਤ ਆ ਉਹ ਜਿਹੜਾ ਕੈਮਰੇ ਤੇ ਆ ਸ਼ੰਕੀ ਸਰਦਾਰ ਵਿੰਦ ਨਹੀਂ ਤੂੰ ਦੇਖਦਾ ਉਹਨਾਂ ਤੋਂ ਮੇਰੇ ਕਾ ਵੀਡੀਓ ਨਹੀਂ ਨਹੀਂ ਦੇਖਦਾ ਤਾਂ ਦੇਖਦਾ ਹੀ ਨਹੀਂ ਬਾਈ ਘੋੜੀਆਂ ਵਾਲੀਆਂ ਵਿੰਨਾ ਤੰਨਾ ਲਾ ਉਹ ਤਾਂ ਮੁੱਕਰ ਗਿਆ ਲੈ ਹਾਂ ਆ ਆ ਵੜਦਾ ਨਹੀਂ ਆ ਕਿੰਨੀਆਂ ਰੋਟੀਆਂ ਖਾਂਦਾ ਇਹ ਚਾਰ ਪੰਜ ਖਾਂਦਾ ਤੂੰ ਪਾਉਣਾ ਉਹਨਾਂ ਰੋਟੀਆਂ ਨੂੰ ਤੇ ਇਹਦੇ ਵਾਲ ਬੋਨਾ ਉਹਨਾਂ ਤੂੰ ਸਾਫ ਕਰਦਾ ਨਾ ਵਾਲ ਸ਼ਰਾਰਤ ਕਿੰਨੀ ਕਰਦਾ ਇਹ ਖਾਈ ਜਾਂਦਾ ਇਹ ਲੈ ਖਾ ਇਹਦੀ ਬਾਂਹ ਖਾ ਜਾ ਖਾ ਜਾ ਖਾ ਜਾ ਖਾ ਜਾ ਖਾ ਜਾ ਖਾ ਗਿਆ ਖਾ ਗਿਆ ਖਾ ਗਿਆ ਆ ਜਾਓ ਚੱਲ ਗਈ ਆਹ ਦੇਖੋ ਆਹ ਬੱਤਕਾਂ ਰੱਖੀ ਫਿਰਦੇ ਆ ਇੱਧਰਲੇ ਪਾਸੇ ਮੁਰਗੇ ਆ ਕਤੂਰੇ ਆ ਆ ਜਾਓ ਚੱਲਦੇ ਆ ਗਾਹਾਂ ਓਏ ਆਹ ਹਸਕੀ ਬੈਠੇ ਓਏ ਆਹ ਦੇਖ ਹਸਕੀ ਹਸਕੀ ਆਹ ਦੇਖ ਆਹ ਦੇਖ ਹਸਕੀ ਬੈਠੇ ਆਹ ਦੇਖੋ ਕਿੱਡਾ ਸੋਹਣਾ ਓਏ ਹਸਕੀ ਆਹ ਦੇਖ ਆ ਜਾਓ ਆਹ ਦੇਖ ਰੇਟ ਰੂਟ ਹੋਈ ਜਾਂਦੇ ਆ ਇੱਥੇ ਆਹ ਓਏ ਆਹ ਕਿੱਡਾ ਸੋਹਣਾ ਓਏ ਆਹ ਦੇਖ ਆਹ ਦੇਖ ਆਹਾ ਨਾ ਇਹ ਮੁਰਗਾ ਨਾ ਇਹ ਕੁੱਤਾ ਓਏ ਆਹ ਆਹ ਕਿੰਨੇ ਕਿਦਾ ਬਾਈ ਆਹਾ ਪਾਰਕਿੰਗ ਦੇ ਵਿੱਚ ਸੀ ਮੈਨੂੰ ਤਾਂ 10 ਮਿੰਟ ਤਾਂ ਪਾਰਕਿੰਗ 'ਚ ਹੀ ਲੱਗ ਗਏ ਗਾਹਾਂ ਤੁਹਾਨੂੰ ਸ਼ੋਅ ਤਾਂ ਦਿਖਾਉਣਾ ਤੁਹਾਨੂੰ ਟਰਾਫੀਆਂ ਦੇਖ ਕੇ ਤੁਸੀਂ ਹੈਰਾਨ ਰਹਿ ਜਾਣਾ ਬਈ ਐਡੀਆਂ ਐਡੀਆਂ ਚੰਗੀਆਂ ਟਰਾਫੀਆਂ ਯਾਰ ਐਡਾ ਕੰਮ ਕੈੜਾ ਕੀਤਾ ਸੀਗਾ ਇਹਨਾਂ ਦਾ ਆ ਜਾਓ ਚੱਲਦੇ ਹਾਂ ਆਪਾਂ ਪ੍ਰੀਤ ਇਹ ਆਪਾਂ ਮੋਗੇ ਪ੍ਰਾਈਮ ਫਾਰਮ ਬਹੁਤ ਚੰਗਾ ਬਹੁਤ ਵੱਡਾ ਪੈਲਸ ਆ ਜਿੱਥੇ ਮਤਲਬ ਪ੍ਰਬੰਧ ਕੀਤਾ ਕਮੇਟੀ ਵਾਲਿਆਂ ਨੇ ਇਹ ਸ਼ੋਅ ਕਰਾਉਣ ਦਾ ਬਾਈ ਸਤਿ ਸ੍ਰੀ ਅਕਾਲ ਹੋਰ ਬਾਈ ਕਾਇਮ ਮੈਂ ਜਿਉਂਦੇ ਰਹੋ ਹੋਰ ਕਾਇਮ ਬਾਈ ਸਤਿ ਸ੍ਰੀ ਅਕਾਲ ਵੀਰੇ ਹੋਰ ਕਾਇਮ ਬਾਈ ਸਤਿ ਸ੍ਰੀ ਅਕਾਲ ਵੀਰੇ ਹੋਰ ਕਾਇਮ ਐਡਾ ਜਿਉਂਦੇ ਰਹੋ ਆ ਜਾ ਚੱਲ ਗਏ ਪ੍ਰੀਤ ਆਹ ਦੇਖ ਲੈ ਇਦੂ ਗਾਹਾਂ ਸ਼ੁਰੂ ਹੋ ਗਿਆ ਭਾਈ ਸ਼ੋਅ ਵਾਲੇ ਹੈਂ ਹਾਂ ਇਦੂ ਗਾਹ ਅਸਲੀ ਮੇਲਾ ਤਾਂ ਗਾਹਾਂ ਸ਼ੁਰੂ ਹੋਇਆ ਹਜੇ ਆਪਾਂ ਤਾਂ ਪਿੱਛੇ ਹਜੇ ਪਾਰਕਿੰਗ 'ਚ ਹੀ ਫਿਰਦੇ ਹੋਰ ਆਹ ਬਾਈ ਪਾਇਆ ਸ਼ੋਅ 'ਚ ਇਹਨੂੰ ਸ਼ੋਅ 'ਚ ਪਾਤਾ ਹੈਂ ਸ਼ੋਅ 'ਚ ਪਾਉਣ ਵਾਸਤੇ ਫਿਰ ਉੱਥੇ ਐਂਟਰੀ ਕਰਾਉਣੀ ਪੈਂਦੀ ਹੈ ਅੱਛਾ ਇਹ ਆਹ ਇੱਥੇ ਭਾਈ ਭਰਦੇ ਆ ਫਾਰਮ ਫੂਰਮ ਆਹ ਦੇਖ ਇੱਥੇ ਆ ਕੇ ਚੈੱਕ ਕਰਾਉਂਦੇ ਆ ਇੱਥੇ ਬਰਬਲੀ ਚੈੱਕ ਇੱਥੇ ਹੀ ਹੋ ਜਾਂਦਾ ਬਈ ਜਿਹੜੀ ਨਸਲ ਦਾ ਮੁਕਾਬਲਾ ਹੈ ਉਸ ਨਸਲ 'ਚ ਹੈਗਾ ਜਾਂ ਨਹੀਂ ਹੈਗਾ ਬਰਬਲੀ ਕੇਰਾ ਇੱਥੇ ਚੈੱਕ ਹੋ ਜਾਂਦਾ ਫਾਰਮ ਫੂਰਮ ਇੱਥੇ ਭਰ ਦਿੰਦੇ ਆ ਉਹ ਦੇਖੋ ਉੱਥੇ ਐਂਟਰੀ ਫੀਸਾਂ ਹੋਈ ਜਾਂਦੀਆਂ ਆਹ ਦੇਖੋ ਇੱਥੇ ਖੜੇ ਹੋ ਆਹ ਦੇਖ ਕਿੱਡੇ ਕਿੱਡੇ ਚੰਗੇ ਖੜੇ ਹੋ ਪ੍ਰੀਤ ਆਹ ਦੇਖ ਆਹ ਦੇਖ ਹਾਂ ਇੱਥੇ ਉਹ ਹੋਈ ਜਾਂਦੀ ਆ ਐਂਟਰੀਆਂ ਉਹ ਫਿਰਦਾ ਉਹ ਆਪਣਾ ਇੱਕ ਬੰਦਾ ਫਿਰਦਾ ਆਪਣਾ ਬੰਦਾ ਲੱਭ ਗਿਆ ਇੱਥੇ ਇਹ ਜਿੱਥੇ ਮਰਜ਼ੀ ਜਾਵੜੋ ਮੱਝਾਂ ਦਾ ਮੁਕਾਬਲਾ ਹੋਵੇ ਘੋੜਿਆਂ ਦਾ ਮੁਕਾਬਲਾ ਹੋਵੇ ਗਾਈਆਂ ਦਾ ਮੁਕਾਬਲਾ ਹੋਵੇ ਤੇ ਕੁੱਤਿਆਂ ਦਾ ਮੁਕਾਬਲਾ ਹੋਵੇ ਹਰੇਕ ਥਾਂ ਮੇਨ ਪ੍ਰਬੰਧਕਾਂ ਦੇ ਵਿੱਚ ਹੁੰਦਾ ਹਾਂਜੀ ਸਾਡੇ ਭਰਾਵਾਂ ਦਾ ਵਸਾ ਸਾਡੇ ਨਾਲ ਹੀ ਹੈ ਨਾ ਜਿਉਂਦਾ ਰਹੋ ਬਾਈ ਜਿਉਂਦਾ ਰਹੋ ਹੋਰ ਕਹਿਮਾ ਬਾਈ ਹਾਂਜੀ ਹਾਂਜੀ ਤੇ ਇੱਥੇ ਫਿਰ ਪੂਰੇ ਪ੍ਰਬੰਧ ਚ ਹਾਂਜੀ ਪੂਰੇ ਪ੍ਰਬੰਧ ਚ ਹਾਂਜੀ ਇੱਥੇ ਤੇ ਕਿੰਨੀਆਂ ਐਂਟਰੀਆਂ ਹੋ ਗਈਆਂ ਬਾਈ ਐਂਟਰੀਆਂ ਤਕਰੀਬਨ ਹਜੇ ਗਿਣੀਆਂ ਤਾਂ ਹੈ ਨਹੀਂ ਹੁਣ ਕਿਹੜਾ ਪੂਰਾ ਰਸ ਪਿਆ ਹੋਇਆ ਹੁਣ ਫੁੱਲ ਪਤਾ ਲੱਗੂਗਾ ਨਾ ਤੇ ਕਿੰਨੇ ਉਮੀਦ ਕਿੰਨੀ ਆ ਕਿੰਨੇ ਜਾਨਵਰ ਆਉਣ ਦੀ ਉਮੀਦ 2-250 ਦੀ ਹੈਗੀ ਹੈ ਬਾਈ 2-250 ਜਾਨਵਰ ਆਉਣ ਦੀ ਉਮੀਦ ਆ ਤੇ ਕਿਉਂਕਿ ਨਹੀਂ ਤਾਂ ਜਾਨਵਰ ਜ਼ਿਆਦੇ ਆ ਜਾਂਦੇ ਇੱਕ ਸੰਸਥਾ ਜੀ AVR ਦੀ ਜਿਨ੍ਹਾਂ ਦੇ ਕੋਲ AVR ਦੇ ਜਾਂਦਾ ਪੇਪਰ ਪਹਿਲਾਂ ਬਣੇ ਵੀ ਆ ਉਹ ਡੋਗ ਐਂਟਰ ਹੋਣਾ ਜਾਂ ਜਿਹਦੇ ਪੇਪਰ ਮੌਕੇ ਤੇ ਅਪਲਾਈ ਕਰਕੇ ਆ ਫਾਰਮ ਭਰ ਕੇ ਮਤਲਬ ਗੁਰਿਆਂ ਕੋਲੇ ਜਿਹੜੀ ਅਮਰੀਕਾ ਦੀ ਸੰਸਥਾ ਉਹ ਫੇਰ ਐਂਟਰ ਹੋਣਾ ਜੀ ਡੋਗ ਮਤਲਬ ਡੋਗ ਬਿਨਾਂ ਐਂਟਰੀ ਤੋਂ ਤਾਂ ਹੀ ਦੂਜੇ ਡੋਗ ਨਹੀਂ ਆਉਂਦੇ ਇਕੱਲੇ AVR ਵਾਲੇ ਡੋਗ ਹੀ ਪਹੁੰਚਣਗੇ ਜੀ ਅੱਛਾ ਜਿਹੜੇ ਇਸ ਸੰਸਥਾ ਦੇ ਅੰਡਰ ਇਹਨਾਂ ਦੇ ਪੇਪਰ ਆ ਜਿਹੜੇ ਆਪਾਂ ਕਹਿ ਦਈਏ ਵੈਰੀਫਾਈਡ ਜਾਨਵਰ ਆ ਉਹੀ ਹੋਊਗਾ ਉਹੀ ਆਉਣਗੇ ਇਹ ਆਪਣੀ AVR ਸੰਸਥਾ ਕੋਲੋਂ ਆਪਾਂ ਕਰਵਾਉਣੇ ਹੁੰਦੇ ਆ ਜੀ ਇਹ ਦੂਸਰਾ ਹਾਂਜੀ ਹਾਂਜੀ ਇਹ ਦੂਸਰਾ ਡੋਗ ਸ਼ੋਅ ਆ ਜੀ ਗਰਜੰਟ ਬਾਈ ਹੋ ਗਿਆ ਮੈਂ ਹੋ ਗਿਆ ਲੱਕੀ ਸੰਧੂ ਹੋ ਗਿਆ ਜੀ ਠੀਕ ਹੈ ਜੀ ਠੀਕ ਹੈ ਬ੍ਰਦਰਹੁੱਡ ਕੰਨੀਓ ਠੀਕ ਆ ਤਾਂ ਬਾਕੀ ਗੋਰਿਆਂ ਦੀ ਸਪੋਰਟ ਹੁੰਦੀ ਹੈ ਨਾਲ ਮੈਂ ਠੀਕ ਆ ਜਾਉਂਦਾ ਰਹੇ ਬਾਈ ਜਾਉਂਦਾ ਰਹੇ ਆ ਜਾਓ ਗਾਂ ਚੱਲਦੇ ਆ ਪ੍ਰੀਤ ਹਾਂਜੀ ਹਾਂਜੀ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜਾਉਂਦਾ ਰਹੇ ਬਾਈ ਬਹੁਤ ਨੌਲੇਜ ਮਿਲਦੀ ਹੈ ਵੇਖ ਜਾਉਂਦਾ ਰਹੇ ਬਾਈ ਜੀ ਦੀ ਨੌਲੇਜ ਮਿਲਦੀ ਹੈ ਜੀ ਵੀਰੇ ਜੀ ਹੋਰ ਪ੍ਰੀਤ ਕੀ ਹਾਲ ਆ ਤੇ ਬਾਈ ਫਿਰ ਉਹ ਗੋਰੇ ਆ ਮਤਲਬ ਉਹ ਕੁੜੀ ਗੱਲ ਸਮਝ ਲੈਂਦੀ ਆ ਜਿਵੇਂ ਆ ਕੇ ਦੱਸਦੇ ਆ ਹਾਂ ਉਹਨਾਂ ਦੀ ਭਾਸ਼ਾ ਦੀ ਗੱਲ ਕਰ ਲੈਣੇ ਆ ਤੇ ਫਿਰ ਆਪੇ ਸਮਝ ਲੈਂਦੇ ਆ ਉਹ ਆਪਣੀ ਨਹੀਂ ਸਮਝ ਸਕਦੇ ਆਪਾਂ ਉਹਨਾਂ ਦੀ ਸਮਝ ਲੈਣੇ ਆ ਆਪਾਂ ਤੁਸੀਂ ਸਮਝ ਲੈਣੇ ਆ ਤੁਹਾਡਾ ਐ ਤਾਲਮੇਲ ਬਣਿਆ ਹੋਇਆ ਬਿਲਕੁਲ ਬਿਲਕੁਲ ਜਿਹੜੇ ਉਹ ਜੱਜ ਵੀ ਹੋਣਗੇ ਉਹ ਵੀ ਗੋਰੇ ਆ ਉਹ ਵੀ ਅੰਗਰੇਜ਼ੀ ਬੋਲਣਗੇ ਹਾਂ ਇੰਗਲਿਸ਼ ਬੋਲਣਗੇ ਇਹਦੇ ਵਿੱਚ ਕੀ ਇੱਥੇ ਐਂਟਰੀਆਂ ਹੋ ਰਹੀਆਂ ਹਾਂਜੀ ਉਧਰ ਜਿਹੜੇ ਪੇਪਰ
बनते हैं उन्होंने ठीक है वो एंट्री उत्थे लै रहे पेपरों की जी जी पेपर की फीस आ 3500 रुपया अज गोरे आए हैं क्योंकि इन्होंने सारे डाकूमेंट्स नाल लै जाने आपके आपको जोड़ा ट्रांस वो बाहर भेजन के कागज़ पत्र का वो नहीं आपको खर्चा पैना गा वो फीस उन्होंने घट रखी भी 2000 रुपया एंट्री फीस रखी हुई है कागजा की इतने मतलब आपको बेनीफिट भी है जो बंदा इतने आऊगा बिल्कुल 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 इतने अपन तो ये अपने इंडिया बहुत बेनीफिट आ क्वालिटी सुधार हों ठीक है जो उन्होंने डाकूमेंट्स ना होने उन्होंने क्वालिटी का अपन पता ही ना लगेगा वो कितने कितने स्टैंड करता जिमें मारवाड़ी घोड़िया के नंबर नहीं लगते गए पेपर पाते उन्होंने रिकॉर्ड हों ये काले कांडे का बच्चा है फलाने का बच्चा उवें इन्हों का पूरा रिकॉर्ड आ पिछों रिकॉर्ड आता इन्हों का बाहरों भी बाहर कि बच्चा से कुत्ते घोड़े मसले से भी ज्यादा घोड़े भी ज्यादा बहुत ज्यादा अगे एक्चुअली इतने घोड़िया का कई तो हूँ मारवाड़ी घोड़िया का अगा पिछा पता ही नहीं उन्होंने माँ कौन है प्यो कौन आ चाके काले कांडे तो मेट करवा ली ठीक है इतने वो काम है नहीं गा इतने इतने तो वो पिछले दादे परदाद तक भी जाएगा कि नहीं इन्हें माइक्रोचिप पी वक्री है चढ़ाई जी जो बाले छोटे दिखते चढ़ाई जी होंगी है मैं माड़ा जा सुनया इन्हां बारे भी जिन्ना दा साइज इन्हां दा छोटा होगा उन्ना ही ज्यादा है अपना गाइयां वांगू इन्हां दी पूरा सिर दी रख्या होया काम बस ठीक है उत्थी करके आउणे ना बस ओ ट्राफी मालिक कृपा करे तेनू जांदे नू हाथ ने फलमाइए तेनू लैके जांदे नू हैं दाता दया करे ते अज तुहानू अंडर दिखाउणे हजे तां आपां बाहर ही तुरे फिरदे आ ओ 15 मिंट हो गए भाई सत श्री अकाल भाई जी सत श्री अकाल होर कहमा भाई खरमी साहब कहमा चलो आ जाओ प्रीत आ जा चलदे आ अंदर थोनू दिखाऊना बड़ा तकड़ा काम भाई ओ भाई थोड़ी चल पी गिंबल भाई सत श्री अकाल और कहमा चल पी ए चल पी चल पी केरा चल पी है और भाई कहमा प्रीत ने करी हेल्प बस ठीक है चल पी जाने का केरा सूत आ गया काम नहीं बस ठीक है आज थोनू अंदर दिखाऊना सिस्टम अंदर तो बड़ा बदगा जगाड़ा मलो आज आ देखो पहला मैं थोनू अंदर दिखा के लियाना भी सिस्टम माड़ा जहा सोने सजना सू अंदर लंघ लें ट्रैफिक की वीडियो बना लैन दे ज्यौदा रहे आ जा आ थोनू दिखावा मलो आ जाओ आ जाओ आ देखो ए आ करो गल आ भाई स्पैशल विशेष सन्मान पे आ जितने वालों कप मिलने ते आ ता ओहो आ जिहड़ा मिस वर्ल्ड बुल्ड नहीं जितदियां हुंदियां ट्रैफिकां इहो जिहियां ट्रैफिकां ऐ आए जे आए लैके आए फीलिंग जी ये उमें है ट्राफी ट्राफिया बड़िया सोहनिया ट्राफिया बनाइया आ देखो आ ट्राफी देख आ देख कि लोड है ट्राफी का हूँ किसी की कणस से पई हो शोकेस पई हुई ट्राफी आ देखो लै कि सोहना जगाड़ बनाया आ देखो कम ये संस्था अमेरिका की संस्था मतलब दूसरा ही इंडिया के बच्चे शो होने लग्या पहला शो कराया उस तो बाद हुण दोबारा शो होने लग्या बड़ा हाई प्रोफाइल काम आ जाने का आप कह सकते हैं तो इतने कुछ कुत्तियां दे प्रोडक्ट पे आ शायद ये भी जेतुआं नूं ही दिते जाणगे शायद पक्का नहीं पता पर शायद ये भी जेतुआं नूं दिते जाणगे आ जो तुहानूं अग्गे भी दिखा के लिआउणा कि की सिस्टम आ किवें होऊगा सारा कुछ ਹੋਰ ਵੀਰੇ ਕੀ ਹਾਲ ਕਹਿਮਾ ਬਾਈ ਦੇਖਿਆ ਤੁਹਾਡੀਆਂ ਜਿਉਂਦਾ ਰਹੇ ਜਿਉਂਦਾ ਰਹੇ ਬਾਈ ਜਿਉਂਦਾ ਰਹੇ ਹੋਰ ਕਹਿਮਾ ਫੇਸਬੁੱਕ ਤੇ YouTube ਤੇ ਤੁਹਾਡੇ ਬਾਰੇ ਬੜੇ ਚਰਚੇ ਸੁਣੇ ਜਿਉਂਦਾ ਰਹੇ ਵੀਰੇ ਜਿਉਂਦਾ ਰਹੇ ਜਿਉਂਦਾ ਰਹੇ ਹੋਰ ਬਾਈ ਹਾਂ ਆ ਜੋ ਆਪਣੇ ਵਾਲੇ ਲੋਕ ਆ ਖੜੇ ਆ ਫਿਰਦਾ ਲੈ ਇੱਕ ਸਾਡਾ ਆ YouTuber ਫਿਰਦਾ ਇਹ ਇਹ ਵੈਸੇ ਘਰੋਂ ਹੀ ਪੇਂਦ ਹੋਇਆ ਘਰੋਂ ਹੀ ਹੋਇਆ ਇਹ ਮੇਰਾ ਭਾਣਜਾ ਏ ਜਿਵੇਂ ਗੁਰਸ਼ਰਨ ਨੂੰ ਤੁਸੀਂ ਜਾਣਦੇ ਆ ਉਵੇਂ ਇਹ ਵੀ ਮੇਰਾ ਭਾਣਜਾ ਏ ਜਿੱਤਵਾਲ ਪਿੰਡ ਹੈ ਗੱਭਰੂ ਦਾ ਪਿੰਡੂ ਜੰਕਸ਼ਨ ਵਾਲਾ ਹਾਂ ਅਤੇ ਇਹ ਫਿਰ ਥੋੜ੍ਹਾ ਜਿਹਾ ਅਸੀਂ ਘੱਟ ਦਿਖਾਇਆ ਹਜੇ ਅਸੀਂ ਹੌਲੀ ਹੌਲੀ ਇਹਨੂੰ ਕੈਮਰੇ 'ਤੇ ਅਸੀਂ ਤੁਹਾਨੂੰ ਦਿਖਾਉਣ ਲੱਗਾਂਗੇ
ਤੇ ਇਹ ਵੀ ਬਣਾਉਂਦਾ ਫਿਰਦਾ ਆਪਦੇ ਹਿਸਾਬ ਕਿਤਾਬ ਨਾਲ, ਇਹਨੂੰ ਮੈਂ ਥੋੜਾ ਜਿਹਾ ਅੱਡ ਹੀ ਛੱਡਿਆ ਵਾ ਵੀ ਤੂੰ ਆਪਦੇ ਹਿਸਾਬ ਕਿਤਾਬ ਨਾਲ ਬਣਾ, ਹੱਥ ਨੇ ਮੈਂ ਇਹਦਾ ਰਿਵਿਊ ਕਰੂੰਗਾ ਵੀ ਇਹਨੇ ਕੀ ਕੀ ਕਰਿਆ ਕੀ ਕਤਰਿਆ, ਉਹ ਵੀ ਆਪਾਂ ਇਹਦੇ ਚੈਨਲ ਤੇ ਦੇਖਾਂਗੇ ਪਿੰਡੂ ਜੈਕਸ਼ਨ ਤੇ ਵੀ ਇਹਨੇ ਕੀ ਕੀਤਾ। ਆ ਜਾਓ ਤੁਹਾਨੂੰ ਦਿਖਾ ਕੇ ਲਿਆਉਣਾ, ਆ ਜਾ ਵੀਰੇ, ਆ ਆ ਜਾ ਬਾਈ, ਆ ਜਾਉਂਦਾ ਰਹਿ ਜਾਉਂਦਾ ਰਹਿ, ਅੱਗੋ ਅੱਗੋ ਕਰਾ ਦਿਓ ਮਾੜੀ ਜੀ, ਆ ਸੁਣਿਆ, ਆ ਜਾ ਆ ਸੁਣਿਆ, ਖਿੱਚ ਪਹਿਲੇ ਵੀਡੀਓ ਬਣਾ ਲਾ ਮਾੜੀ ਜੀ, ਹਾਂ ਉਹ ਬਣੀ ਜਾਂਦੀ ਹੈ ਵੀਡੀਓ ਤਾਂ ਫਰੀਦ ਦੀ, ਪਹਿਲੇ ਤੂੰ ਹੀ ਬਣਾ ਮਾੜੀ ਜੀ ਆਪਣੇ ਫੋਨ 'ਚ। ਆ ਜਾ ਜਾਉਂਦਾ, ਮੇਰਾ ਪਿੰਡ ਲੋਪੋਂ ਬਾਈ, ਆ ਸੇ ਮੇਰਾ ਇਲਾਕਾ ਹੀ ਆ ਇਹ, ਮੇਰਾ ਇਲਾਕਾ ਹੀ ਆ, ਹਾਂ ਠੀਕ ਆ ਬਾਈ ਠੀਕ ਆ, ਹਾਂ ਬੱਲੇ ਵੇਖਿਆ ਜਾਉਂਦਾ ਰਹਿ ਜਾਉਂਦਾ ਰਹਿ, ਬੱਲੇ ਆਪਣਾ ਉਹ ਉੱਥੇ ਅੰਮ੍ਰਿਤਸਰ ਮੰਡੀ ਤੇ, ਅੰਮ੍ਰਿਤਸਰ ਮੰਡੀ ਤੇ, ਮੈਂ ਤਾਂ ਕਹਿ ਰਿਹਾ ਮੈਨੂੰ ਘੋੜਿਆਂ ਵਾਲੀ ਮੰਡੀ 'ਚ ਜਾਣ ਦਿਆ, ਤੇ ਆ ਬਾਈ ਫਿਰ ਸ਼ੋ 'ਚ ਪਾਓਗੇ ਇਹਨਾਂ ਨੂੰ, ਇਹਨਾਂ ਨੂੰ ਸ਼ੋ 'ਚ ਵੀ ਪਾਓਗੇ ਤੇ ਇਹਨਾਂ ਨੂੰ ਸਟੱਡ ਸਰਵਿਸ ਦਾ ਦੇਣ ਦਾ ਕਰਕੇ ਇੱਥੇ ਬਈ ਇੱਥੇ ਤੁਸੀਂ ਲਾਇਆ ਹੋਇਆ ਆਪਣਾ ਸਟਾਲ ਲਾਇਆ ਹੋਇਆ, ਠੀਕ ਆ, ਇੱਥੇ ਐਵੇਂ ਕਰਕੇ ਸਟਾਲ ਲੱਗੇ ਹੋਏ ਆ ਜਿੱਥੇ ਮਤਲਬ ਜਿਵੇਂ ਆਪਾਂ ਘੋੜਿਆਂ ਵਾਲੀ ਮੰਡੀ ਜਾਂਦੇ ਹੁੰਦੇ ਹਾਂ, ਘੋੜੇ ਨਹੀਂ ਸ਼ੋਅ ਕੀਤੇ ਹੁੰਦੇ, ਉਵੇਂ ਇੱਥੇ ਜਾਨਵਰ ਇਹਨਾਂ ਨੇ ਸ਼ੋਅ ਕੀਤੇ ਹੋਏ ਆਪਦੇ। ਇਹਦਾ ਇਹਦਾ ਥੋੜ੍ਹਾ ਜਿਹਾ ਰੰਗ ਬਾਈ ਡਿਫਰੈਂਟ ਆ, ਮਾਰਲੇ ਕਲਰ ਕਹਿੰਦੇ ਆ, ਥਾਈਲੈਂਡ ਤੋਂ ਇੰਪੋਰਟ ਆ ਡੋਗ, ਇਹ ਵੈਸੇ ਬਹੁਤ ਘੱਟ ਦੇਖਿਆ, ਆ ਰੇਅਰ ਆ, ਰੇਅਰ ਇੰਡੀਆ 'ਚ, ਅਮਰੀਕਨ ਵਾਲੀ ਪਹਿਲਾਂ ਮੇਰੇ ਕੋਲ ਹੀ ਆ ਪੂਰੇ ਇੰਡੀਆ 'ਚ। ਉਹ ਮੱਲਾ ਅਸੀਂ ਤਾਂ ਭਾਰਖੂ ਹੋ ਗਏ ਪੂਰੇ ਫਰੀਦ ਲੈ, ਹੈ ਆ ਦੇਖ ਲਾ ਰੇਅਰ ਆ ਲੈ, ਹੈ ਹਾਂ ਰੇਅਰ ਕਲਰ ਆ ਇਹ ਪੂਰੇ ਇੰਡੀਆ 'ਚ, ਅਮਰੀਕਨ ਵਾਲੀ ਮੇਰੇ ਕੋਲ ਹੀ ਆਲਾ ਕਲਰ ਦਾ, ਹਾਂ ਤੇ ਆ ਉਹ ਆ ਘੁੱਗੀ ਰੰਗਾ ਆ, ਇਹ ਬੱਚਾ ਵਾ ਆਪਣੇ ਮੇਰੇ ਕੋਲ ਡੋਗ ਆ ਬਰੋਕ ਜੀ, ਉਹਦਾ ਬੱਚਾ ਵਾ, ਉਹਦਾ ਬੱਚਾ, ਉਹਦਾ ਰਿਜ਼ਲਟ ਆ, ਹਾਂ ਉਹਦਾ ਰਿਜ਼ਲਟ ਆ, ਠੀਕ ਆ, ਤੇ ਆ ਸਾਰੇ ਸਟੱਡ ਆ, ਆ ਸਟੱਡ ਆ, ਇਹ ਫੀਮੇਲ ਆ, ਇਹ ਫੀਮੇਲ ਆ, ਲੈ ਜੀ ਥੋੜਾ ਸਾਈਡ ਤੇ, ਇਹ ਵੀ ਮੇਲ, ਇਹ ਲੜਦੇ ਲੁੜਦੇ ਨਹੀਂ ਹੋ ਆਪਸੋ, ਲੜਦੇ ਨਹੀਂ, ਨਹੀਂ ਲੜਦੇ, ਅਸਲ ਦੇ ਵਿੱਚ ਕਹਿੰਦੇ ਹੁੰਦੇ ਖਾਨਦਾਨ ਪਰਖੇ ਇੱਥੋਂ ਜਾਂਦਾ, ਬਸ ਬਸ ਜੀ, ਹੈ ਪਿਓਰਟੀ, ਹਾਂ ਪਿਓਰਟੀ ਫਿਰ ਇੱਥੇ ਪਰਖੇ ਜਾਂਦੇ, ਹਾਂ ਆ ਜਾਓ ਆ ਜਾਓ ਆ ਜਾਓ, ਸੁਣਿਆ ਆ ਜਾ, ਆ ਸੁਣਿਆ ਆ ਸੁਣਿਆ, ਤੁਹਾਨੂੰ ਮੈਂ ਹੋਰ ਵੀ ਦਿਖਾਉਣਾ, ਆ ਜਾਓ ਤੁਹਾਨੂੰ ਤੁਹਾਨੂੰ ਮੈਂ ਉਹ ਦਿਖਾਉਣਾ, ਸਟੇਜ 2 ਹੀ ਦਿਖਾਉਣਾ ਵੀ ਕਿੱਡਾ ਵਧਗਾ ਜਗਾੜ ਕੀਤਾ ਯਾਰ, ਪ੍ਰਬੰਧ ਕਿੱਡੇ ਚੰਗੇ ਕੀਤੇ ਆ ਕਮੇਟੀ ਵਾਲਿਆਂ ਨੇ, ਹੁਣ ਮੈਂ ਦਿਖਾਉਣਾ ਸਾਰਾ ਕੁਛ, ਆ ਜਾਓ ਉੱਧਰ ਨੂੰ ਚੱਲਦੇ ਹਾਂ ਵੀ ਕਿਵੇਂ ਸਿਸਟਮ ਹੋਇਆ, ਕਿਵੇਂ ਇਹਨਾਂ ਨੇ ਬਣਾਇਆ ਜਗਾੜ, ਕਿੱਥੇ ਮਾਨ ਸਨਮਾਨ ਹੋਣਗੇ, ਸਾਰਾ ਸਿਸਟਮ ਦਿਖਾਉਣਾ ਤੁਹਾਨੂੰ ਮੈਂ, ਇਹ ਆ ਦੇਖੋ ਆ ਸਟੇਜ ਬਣੀ ਆ, ਆ ਸਟੇਜ ਬਣੀ ਆ, ਲੈ ਆ ਦੇਖ ਪ੍ਰੀਤ, ਆ ਪੋਸਟਰ 'ਤੇ ਮਾੜਾ ਜਿਹਾ ਜ਼ੂਮ ਕਰਕੇ ਮਾੜਾ ਜਿਹਾ ਵਿਖਾ ਦੇ ਬਈ, ਇਹ ਜਿਹੜੀ ਕਮੇਟੀ ਆ ਇਹ ਦੂਸਰਾ ਇੰਟਰਨੈਸ਼ਨਲ ਅਮੈਰੀਕਨ ਬੁਲੀ ਸ਼ੋਅ ਦਾ ਖੁੱਲ੍ਹਾ ਸੱਦਾ ਤੁਹਾਨੂੰ ਦਿੱਤਾ ਜਾਂਦਾ, ਜੱਜ ਸਾਹਿਬਾਨ ਉਹ ਦੇਖੋ USA ਤੋਂ ਆ ਰਹੇ ਆ, ਅਤੇ ਹੇਠਲੇ ਪਾਸੇ ਇਹਨਾਂ ਦੀ ਤਰੀਕ ਲਿਖੀ ਹੋਈ ਹੈ, ਜਿਹੜਾ ਪੋਸਟਰ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀ ਇਹ ਉਹੀ ਪੋਸਟਰ ਕਢਾਇਆ ਹੋਇਆ, ਦੇਖੋ ਇੱਧਰ ਵੀ ਤੁਹਾਨੂੰ ਦਿਖਾ ਦਿੰਦਾ ਮੈਂ, ਅਤੇ ਸਟੇਜ ਦੇਖੋ ਕਿੱਡਾ ਵਧੀਆ ਬਣਾਇਆ ਹੋਇਆ ਜਗਾੜ, ਇੱਧਰਲੇ ਪਾਸੇ ਗੀਤ ਗੂਤ ਚੱਲੀ ਜਾਂਦੇ ਆ, ਇਹ ਭੋਰਾ ਕੁ ਉਦੋਂ ਜਦੋਂ ਸ਼ੋਅ ਚੱਲੂਗਾ ਉਦੋਂ ਭੋਰਾ ਕੁ ਉੱਚੇ ਹੋ ਜਾਣਗੇ ਇਹ ਗੀਤ, ਅਤੇ ਮਾੜਾ ਜਿਹਾ ਚਾਰ ਚਪੇਰੇ ਨੂੰ ਘੁਮਾ ਕੇ ਦਿਖਾ ਦੇ ਪ੍ਰੀਤ ਉੱਤੇ ਕਿ ਕਿੱਡਾ ਸੋਹਣਾ ਪ੍ਰਬੰਧ ਕੀਤਾ, ਹਜੇ ਤਾਂ ਇਹ ਸ਼ੁਰੂਆਤ ਆ, ਦਿਨ ਦੀ ਸ਼ੁਰੂਆਤ ਆ, ਮਤਲਬ ਜਦੋਂ ਟਾਈਮ ਹੋ ਜੂਗਾ ਜਦੋਂ ਇਹ ਸ਼ਵਾਬ 'ਤੇ ਹੋਊਗਾ ਸ਼ੋਅ ਉਦੋਂ ਇਹ ਵੇਖਣ ਯੋਗ ਹੋਊਗਾ, ਅਤੇ ਅੱਗੇ ਤੋਂ ਜੇ ਕਦੇ ਤੁਹਾਨੂੰ ਇਹੋ ਜਿਹੇ ਸ਼ੋਅ ਦਾ ਸੱਦਾ ਦੇਈਏ ਤਾਂ ਮਿਸ ਨਾ ਕਰਿਆ ਕਰੋ, ਕਿਉਂਕਿ ਅੱਜ ਵਾਲੀ ਵੀਡੀਓ ਦੇਖ ਕੇ ਮੈਨੂੰ ਐਵੇਂ ਲੱਗਦਾ ਕਿ ਬਹੁਤ ਸਾਰੇ ਸੱਜਣਾ ਜਿਹੜੇ ਉਹ ਇਹ ਗੱਲ ਕਹਿਣਗੇ ਕਿ ਯਾਰ ਮੱਲਾ ਮੋਗੇ ਸੀ, ਘਰੇ ਹੀ ਬੈਠੇ ਰਹੇ ਰਜਾਈ ਦੇ ਵਿੱਚ, ਮੂੰਹਫਲ ਕੋਈ ਚਾਬੀ ਗਏ, ਅਤੇ ਜੇ ਜਾ ਆਉਂਦੇ ਤਾਂ ਆਨੰਦ ਆ ਜਾਣਾ ਸੀ, ਬਸ ਬਹੁਤੇ ਬੰਦਿਆਂ ਦਾ ਚਿੱਤ 'ਚ ਪਛਤਾਵਾ ਰਹਿ ਜੂਗਾ, ਚੀਜ਼ ਵੇਖਣ ਵਾਲੀ ਸੀ ਪਰ ਵੇਖੀ ਤੁਸੀਂ ਕੈਮਰੇ 'ਤੇ ਦੇਖੀ, ਅਤੇ ਜੇ ਤੁਹਾਨੂੰ ਆਨੰਦ ਆਇਆ ਤਾਂ ਸ਼ੇਅਰ ਜ਼ਰੂਰ ਕਰਿਓ, ਜਿਉਂ ਦੇ ਵਸਦੇ ਰਹੋ, ਬਹੁਤ ਬਹੁਤ ਧੰਨਵਾਦ। ਫਸਟ ਬਾਈ ਨੀਲੀ ਪਾਕੜ ਆਇਆ ਹੈ ਨਾ, ਨੀਲੀ ਪਾਕੜ ਬਾਈ ਫਸਟ ਆਇਆ। ਕਿੰਨੇ ਪੈਸੇ ਤੈਨੂੰ ਮਿਲ ਰਹੇ ਹਾਈਬ੍ਰਿਡ?
एक साल तो दो साल तक पॉकेट फीमेल अमेरिकन बुली पॉकेट फीमेल एक तो दो साल तक फीमेल एक साल तो लेके साल तो लेके दो साल Thank you.